ਐਤਵਾਰ ਨੂੰ ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਥਾਣੇ ਵਿੱਚ ਦੋ ਧਿਰਾਂ ਆਪਸ ਵਿੱਚ ਹੀ ਉਲਝ ਗਈਆਂ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ ਗਈ। ਇਹ ਸਾਰੀ ਘਟਨਾ ਉੱਥੇ ਮੌਜੂਦ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ ਵਿੱਚ ਕੈਦ ਕਰ ਲਈ। ਦਰਅਸਲ ਇੱਕ ਮਹਿਲਾ ਨੇ ਜਸਵਿੰਦਰ ਸਿੰਘ ਨਾਂ ਦੇ ਨੌਜਵਾਨ ਤੇ ਕਥਿਤ ਛੇੜਛਾੜ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਬਸ ਫਿਰ ਕੀ ਸੀ ਕਿ ਦੋਸ਼ੀ ਦੇ ਪਰਿਵਾਰਕ ਮੈਂਬਰ ਵੀ ਥਾਣੇ ਪਹੁੰਚ ਗਏ ਅਤੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਜਸਵਿੰਦਰ ਸਿੰਘ ਨੂੰ ਥਾਣੇ ਤੋਂ ਛੁਡਵਾ ਕੇ ਲੈ ਗਏ। ਫਿਲਹਾਲ ਇਸ ਤਰ੍ਹਾਂ ਥਾਣੇ ਵਿੱਚ ਆ ਕੇ ਇੱਕ ਹਵਾਲਾਤੀ ਨੂੰ ਛੁਡਵਾ ਕੇ ਲੈ ਜਾਣਾ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਛੋਟੇ ਮਾਮਾ ਤੇ ਮਾਮੀ ਨੂੰ ਮਤਲਬ ਘਰ ਲਈ ਰਾਖੀ ਉੱਤੇ ਰੱਖ ਗਏ। ਉਹ ਲਾਗੇ ਨਾ ਇੱਕ ਪਰਿਵਾਰ ਆ, ਮਤਲਬ ਦੋਵੇਂ ਮੁੰਡੇ ਸਮੈਕੇ ਵੇਚਦੇ ਵੀ ਤੇ ਪੀਂਦੇ ਵੀ ਆ। ਉਹਨਾਂ ਮਗਰੋਂ ਨਾ ਛੇੜਖਾਨੀ ਕੀਤੀ ਸਾਡੀ, ਮਤਲਬ ਲੇਡੀਜ਼ ਦੇ ਨਾਲ। ਤੁਸੀਂ ਹੁਣ ਕੀ ਮੰਗ ਕਰਦੇ ਹੋ? ਅਸੀਂ ਮੰਗ, ਸਾਨੂੰ ਇਨਸਾਫ ਚਾਹੀਦਾ ਜੀ। ਸਾਡੇ ਤਾਂ ਬਹੁਤ ਜ਼ਿਆਦਾ ਦਬਾਅ ਆ, ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਨੂੰ ਬਰਾਬਰ ਤਾਂ ਅਸੀਂ ਰੋਕਾਂਗੇ, ਜੋ ਮਰਜ਼ੀ ਪਰਚਾ ਕਰਾਂਗੇ ਅਸੀਂ ਤੁਹਾਡੇ ਤੇ, ਕਿਉਂਕਿ ਸਾਡੇ ਅਸੀਂ ਕੱਲ੍ਹ ਦੀ ਕੰਪਲੇਂਟ ਕੀਤੀ। ਅੱਜ ਮੈਂ ਜਦੋਂ ਸਵੇਰੇ ਗਈ ਹਾਂ, ਮੇਰੇ ਬੇਟੇ ਨੂੰ ਰਾਤੀ ਲੈ ਗਏ ਸਵਾਲ ਬੰਦ ਕੀਤਾ, ਰਾਤੀ ਮੈਂ ਵਾਪਸ ਲੈ ਕੇ ਆਈ ਹਾਂ। ਸਵੇਰੇ ਫਿਰ ਉਹ ਲੈ ਕੇ ਗਏ ਠਾਣੇ ਲੈ ਗਏ। ਉਸ ਤੋਂ ਬਾਅਦ ਸ਼ੀਤਲ ਕੋਈ ਪ੍ਰਧਾਨ ਸੀ ਕਾਂਗਰਸ ਦਾ ਕੋਈ ਪ੍ਰਧਾਨ ਸੀ, ਉਹਨੇ ਮੇਰੀ ਬੜੀ ਬੇਇੱਜ਼ਤੀ ਕੀਤੀ, ਮੈਨੂੰ ਗੰਦੀਆਂ ਗਾਲਾਂ ਕੱਢੀਆਂ। ਪਰਮਾਰ ਨੇ ਵੀ ਮੇਰੀ ਬੜੀ ਬੇਇੱਜ਼ਤੀ ਕੀਤੀ, ਇੰਚਾਰਜ ਨੇ ਵੀ, ਅਤੇ ਮੇਰੇ ਕੋਲ 10,000 ਦੀ ਮੰਗ ਕੀਤੀ। ਮੈਂ ਇੱਕ ਵੀ ਪਰਮਾਰ ਸਿੰਘ ਨੇ, ਜੋਗਿੰਦਰ ਸਿੰਘ ਇੰਚਾਰਜ ਸੁਲਤਾਨਵਿੰਡ ਚੌਂਕੀ ਦਾ। ਹਜੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਈ ਹੈਗੀ। ਇਹ ਮਾਮਲਾ ਇਹ ਆ ਵੀ ਇੱਕ ਲੇਡੀ ਨੇ ਆਰੋਪ ਲਗਾਇਆ ਸੀ ਵੀ ਮੇਰੇ ਨਾਲ ਛੇੜਖਾਨੀ ਕੀਤੀ ਆ। ਇਸ ਔਰਤ ਜਿਹੜੀ ਇਹ ਔਰਤ ਇਲਜ਼ਾਮ ਲਗਾ ਰਹੀ ਆ, ਇਹਦੇ ਬੇਟੇ 'ਤੇ ਇਲਜ਼ਾਮ ਲਗਾਇਆ ਸੀ ਵੀ ਉਹਨੇ ਉਸ ਨਾਲ ਛੇੜਖਾਨੀ ਕੀਤੀ ਆ, ਜਿਸ ਦੇ ਸੰਬੰਧ ਵਿੱਚ ਇਸ ਦੇ ਬੇਟੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਅਤੇ ਫਿਲਹਾਲ ਸਾਡੇ ਕੋਲ ਇਹਨੇ ਅਜੇ ਤੱਕ ਆ ਕੇ ਕੋਈ ਵੀ ਪੈਸਾ ਲੈਣ ਬਾਰੇ ਜਾਂ ਕੋਈ ਵੀ ਆਰੋਪ ਸਾਡੇ ਕੋਲ ਨਹੀਂ ਲਗਾਇਆ। ਮੈਂ ਅਜੇ ਵੀਡੀਓ ਦੇਖੀ ਨਹੀਂ ਆ, ਉਹ ਚੌਂਕੀ ਦੇ ਵਿੱਚ ਸੀਗਾ, ਉਹ ਮੇਰੇ ਕੋਲ ਦੋਸ਼ੀ ਅਜੇ ਫਰਾਰ ਆ, ਉਹਨੂੰ ਅਰੈਸਟ ਕਰਾਂਗੇ।